ਨਾ ਜੀ ਬਿਜਲੀ ਪਾਣੀ ਲੈ ਕੇ ਕੋਈ ਸਮੱਸਿਆ ਨਹੀਂ, 8 ਘੰਟੇ ਆ ਰਹੀ ਹੈ ਜੀ। ਹਾਂ ਪਾਣੀ ਵਗੈਰਾ ਮਿਲ ਰਿਹਾ ਜੀ, ਵਧੀਆ ਮਿਲ ਰਿਹਾ ਜੀ। ਸਿੱਧੀ ਬਿਜਾਈ ਆਪਾਂ ਨਹੀਂ ਕੀਤੀ ਜੀ ਕਦੇ। ਕੀ ਕਾਰਨ ਕੀ ਹੈ ਸਿੱਧੀ ਬਿਜਾਈ ਕਰਨ? ਹਾਂਜੀ ਪਾਣੀ ਤਾਂ ਹੁਣ ਬਹੁਤ ਜ਼ਿਆਦਾ ਥੱਲੇ ਜਾ ਰਿਹਾ, 190 ਦੇ ਮੋਟਰ ਆ ਜੀ ਸਾਡੀ ਤਕਰੀਬਨ, 350 ਵਾਲਾ ਬੋਰ ਆ। ਸਿੱਧੀ ਬਿਜਾਈ ਦਾ ਇਹ ਚੱਕਰ ਹੈ, ਸਿੱਧੀ ਬਿਜਾਈ ਦੇ ਆਪਣੇ ਵਿੱਚ ਹੋ ਜਾਂਦਾ ਝੋਨਾ, ਵਧੀਆ ਹੋ ਜਾਂਦਾ ਵਾ। ਜਦੋਂ ਪਾਣੀ ਵਿੱਚ ਖੜਾ ਰਹਿੰਦਾ ਗਰਮ ਹੋ ਜਾਂਦਾ ਵਾ, ਡੱਕੇ ਮਰ ਜਾਂਦੇ ਆ, ਇੱਕ ਨਦੀਨ ਹੋ ਜਾਂਦਾ, ਨਦੀਨ ਨਹੀਂ ਛੇਤੀ ਮਰਦਾ, ਡੱਕੇ ਬਾਅਦ 'ਚ ਲਾਉਣੇ ਪੈਂਦੇ ਆ, ਉਹ ਸਾਡੀ ਮਿਹਨਤ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਇੱਕ ਉੱਤੋਂ ਗਰਮੀ ਪੈਂਦੀ ਹੁੰਦੀ ਹੈ ਜੀ। ਨਾ ਨਾ ਕੋਈ ਦਿੱਕਤ ਨਹੀਂ ਆ ਰਹੀ, ਬਿਜਲੀ ਪੂਰੀ ਆ ਰਹੀ ਆ ਜੀ। ਰਾਤ ਵਧੀਆ ਚੱਲ ਗਈ ਆ, ਰਾਤ ਡਬਲ ਚੱਲ ਗਈ ਆ, 16 ਘੰਟੇ ਚੱਲ ਗਈ ਆ, ਪਿਛਲੇ ਸੀਜ਼ਨ 'ਚ ਵੀ 8 ਘੰਟੇ ਪੂਰੀ ਆਈ ਗਈ ਆ ਜੀ। ਅਤੇ ਬਹੁਤ ਵਧੀਆ ਨਹਿਰੀ ਪਾਣੀ ਵੀ ਲੱਗ ਰਿਹਾ, ਲਾਈਟ ਵੀ ਬਹੁਤ ਵਧੀਆ ਆ ਰਹੀ ਆ, ਅਤੇ ਬਹੁਤ ਵਧੀਆ ਗੱਲ ਆ ਇਹ। ਨਹਿਰੀ ਪਾਣੀ ਜਿੰਨਾ ਵੀ ਵੱਧ ਤੋਂ ਵੱਧ ਮਿਲੇ ਉਨਾ ਹੀ ਚੰਗਾ। ਬਿਜਲੀ 8 ਘੰਟੇ ਆ ਰਹੀ ਆ, ਨਹੀਂ ਕੋਈ ਸਮੱਸਿਆ ਨਹੀਂ ਗੀ, ਲੇਬਰ ਹੈਗੀ ਵਾਧੂ ਹੋਏ। ਅਤੇ ਸਿੱਧੀ ਬਿਜਾਈ ਵਾਲਾ ਸਿਸਟਮ ਵਧੀਆ ਨਹੀਂ ਹੈਗਾ, ਉਹਦੇ ਨਾਲ ਕੋਈ ਬੈਨੀਫਿਟ ਨਹੀਂ ਮਿਲਦਾ ਪਿਆ, ਉਹ ਕੰਟਰੋਲ ਹੋਣਾ ਹੀ ਨਹੀਂ ਗਾ ਨਹਿਰੀ ਪਾਣੀ ਨਹੀਂ ਹੋਣਾ, ਕਿਉਂਕਿ ਇਹ ਜਿੰਨੇ ਬੋਰ ਰੋਜ਼ ਅੱਧਾ ਕਿਲੋਮੀਟਰ ਛੱਡ ਕੇ ਨਾਲ ਹੀ ਫਿਰ ਬੋਰ ਹੁੰਦਾ ਵਾ, ਉਹਦੇ ਕਰਕੇ ਹੁਣ ਨਹਿਰੀ ਪਾਣੀ ਦਾ ਜਿੰਨਾ ਵੱਧ ਤੋਂ ਵੱਧ ਮਿਲੇ ਉਨਾ ਹੀ ਚੰਗਾ ਵਾ।